ਫੜ ਲਓ ਮੁਸਲਮਾਨਾਂ ਨੂੰ, ਲੁੱਟ ਲਓ ਮੁਸਲਮਾਨਾਂ ਨੂੰ, ਤਾਂ ਉਹਦੇ ਜਿਹੜੇ ਬੋਲ ਸੀਗੇ ਗੁਲਾਮ ਮੁਹੰਮਦ ਸੀ ਮਾਰਨਾ ਸ਼ੁਰੂ ਕਰਤਾ ਔਰ ਫਿਰ ਵੱਢਤਾ ਉਹਦਾ ਸਿਰ ਲਾ ਸਿਰ ਪੂਰਾ ਨਹੀਂ ਲਿੱਥਾ। ਫਕੀਰ ਮੁਹੰਮਦ ਮੇਰਾ ਦੋਸਤ ਸੀ, ਇੱਕ ਚਾਨਣ ਸੀ, ਉਹ ਸਾਡੇ ਢੋਲ ਵਜਾ ਕੇ ਮੰਗਣ ਵੀ ਆਉਂਦਾ ਹੁੰਦਾ ਸੀ, ਚਲੋ ਇਹ ਮੁਸਲਮਾਨ ਨਹੀਂ ਸਾਡੇ ਭਰਾ ਆ, ਅਸੀਂ ਇਹਨਾਂ ਨੂੰ ਜਾਣ ਵੀ ਨਹੀਂ ਦੇਣਾ ਸੀ, ਲੇਕਿਨ ਇਹ ਹੁਣ ਗੌਰਮੈਂਟ ਭੇਜੀ, ਫੌਜ ਭੇਜੀ ਇਹਨਾਂ ਨੇ ਗੋਰਖਾ, ਤਾਂ ਤਦ ਅਸੀਂ ਇਹਨਾਂ ਦੇ ਨਾਲ ਸਾਨੂੰ ਹੁਕਮ ਮੰਨਣਾ ਪੈਂਦਾ, ਇਹ ਸਾਡੀ ਧੀ ਆ ਸਾਡੀ ਭੈਣ। सो की खटिया की पाया बिज जाए दाड़ी बापू दी चेते करके चाचा जाया भाई पाइया तो बिछड़ गए दसो की खटिया की पाया बिज जाए दाड़ी बापू दी चेते करके चाचा जाया फुट फुट के रो पेंदा दसो किदा दर दिल कोवे ਇਸ ਪੰਜਾਬ ਦੀ ਹੋਵੇ ਜਾਂ ਉਸ ਪੰਜਾਬ ਦੀ ਹੋਵੇ ਗੱਲ ਇਸ ਪੰਜਾਬ ਦੀ ਹੋਵੇ ਜਾਂ ਉਸ ਪੰਜਾਬ ਦੀ ਹੋਵੇ ਪੰਜਾਬੀ ਲਾਲ ਸਾਂਝਾ ਸਾਂਝ ਪੰਜਾਬੀ ਦਾ ਪ੍ਰੋਗਰਾਮ ਅੱਜ ਇੱਕ ਵਾਰ ਫਿਰ ਸਰੋਤਿਆਂ ਲਈ ਲੈ ਕੇ ਪੇਸ਼ ਹੋਏ ਹਾਂ ਅਸੀਂ ਅੱਜ ਬਜ਼ੁਰਗਾਂ ਨਾਲ ਗੱਲਬਾਤ ਕਰਾਂਗੇ ਇੱਕ ਉਜੜਿਆ ਪਿੰਡ ਮੇਰੇ ਪਿੰਡ ਦੇ ਲਾਗੇ ਉਹ ਸਾਰਾ ਮੁਸਲਮਾਨਾਂ ਦਾ ਪਿੰਡ ਸੀ ਹੁਣ ਇਲਾਕੇ ਵਿੱਚ ਬਜ਼ੁਰਗਾਂ ਦੀ ਗਿਣਤੀ ਬਹੁਤ ਘੱਟ ਗਈ ਆ ਮੇਰੀ ਕੋਸ਼ਿਸ਼ ਸੀ ਮੈਂ ਉਸ ਪਿੰਡ ਬਾਰੇ ਕੋਈ ਜਾਣਕਾਰੀ ਲੈ ਕੇ ਆਵਾਂ ਕਾਫੀ ਕਾਲਾਂ ਆਈਆਂ ਲੋਕੀ ਪੁੱਛਦੇ ਆ ਵੀ ਇਹ ਪਿੰਡ ਕਿੱਥੇ ਗਿਆ ਗੂਗਲ ਮੈਪ ਤੇ ਸ਼ੋ ਹੁੰਦਾ ਪਰ ਉਹ ਪਿੰਡ ਸਾਰਾ ਉੱਥੇ ਅੱਜ ਕੱਲ੍ਹ ਕਣਕਾਂ ਬੀਜੀਆਂ ਗਈਆਂ ਨਾ ਮੁਸਲਮਾਨ ਵੀਰਾਂ ਦੇ ਘਰ ਰਹੇ ਆ ਨਾ ਖੂਹ ਰਹੇ ਆ ਅਤੇ ਨਾ ਕਬਰਾਂ ਰਹੀਆਂ ਇਸ ਕਰਕੇ ਸਾਡੇ ਬਜ਼ੁਰਗ ਨਾਲ ਦੇ ਪਿੰਡ ਤੋਂ ਜਿਨ੍ਹਾਂ ਦੇ ਸਾਰੇ ਮਿੱਤਰ ਸੀ ਉਹਨਾਂ ਦੇ ਪਿਆਰੇ ਮੁਸਲਮਾਨ ਵੀ ਬਚਪਨ 'ਚ ਜਿਹਨਾਂ ਨੇ ਸਾਰਿਆਂ ਉਹਨਾਂ ਨੇ ਖੇਡਿਆ ਬਚਪਨ 'ਚ ਹੰਢਾਇਆ ਅਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਅੰਕਲ ਜੀ ਪਹਿਲਾਂ ਤਾਂ ਆਪਣਾ ਪੂਰਾ ਨਾਮ ਦੱਸੋ ਜੀ ਹਾਂਜੀ ਸਰਸਾ ਮੇਰਾ ਨਾਮ ਗੁਰਮੀਤ ਸਿੰਘ ਆ ਜੀ ਹਾਂਜੀ ਗੁਰਮੀਤ ਸਿੰਘ ਜੀ ਅਤੇ ਆਪਣੇ ਕਿਹੜਾ ਪਿੰਡ ਜਿੱਥੇ ਆਪਾਂ ਬੈਠੇ ਹਾਂ ਮੋਖੇ ਜੀ ਮੋਖੇ ਜੀ ਇਹਦੇ ਨਜ਼ਦੀਕ ਪਿੰਡ ਕਿਹੜੇ ਕਿਹੜੇ ਆ ਜੀ ਰਾਜਪੁਰ ਬੱਲਾਂ ਹਾਂਜੀ ਰਾਏਪੁਰ ਰਸੂਲਪੁਰ ਬੱਲ ਹਾਂਜੀ ਲੋਹੀ ਲੋਹੀਆਂ ਵੀ ਕਹਿੰਦੇ ਆ ਹਾਂਜੀ ਲੋਹੀ ਰੰਧਾਵਾ ਮਸੰਦਾਂ ਈਸਪੁਰ ਕਾਲਾ ਬਾਈਆਂ ਨਗੱਜਾ ਨਗੱਜਾ ਹਾਂਜੀ ਤੇ ਇਹ ਤਾਂ ਤੁਹਾਡੇ ਫਾਦਰ ਸਾਹਿਬ ਕੀ ਨਾਮ ਸੀ ਭਗਤ ਸਿੰਘ ਜੀ ਭਗਤ ਸਿੰਘ ਜੀ ਸਾਹਿਬ ਹਾਂਜੀ ਤੁਹਾਡਾ ਕਿਹੜੇ ਸਾਲ ਜਨਮ ਹੋਇਆ ਜੀ ਇਸ ਪਿੰਡ 'ਚ ਮੇਰਾ 1938 ਦੇ ਵਿੱਚ 1936 ਤੁਹਾਡਾ ਜਨਮ ਹੋਇਆ ਜੀ ਸਾਹਿਬ ਇਸ ਦਾ ਮਤਲਬ ਤੁਸੀਂ ਉਸ ਟਾਈਮ 11 ਸਾਲ ਦੇ ਸੀ ਜਦੋਂ 1947 ਜੀ ਸਾਹਿਬ ਹਾਂਜੀ ਤੁਹਾਨੂੰ ਸਾਰਾ ਯਾਦ ਹੋਣਾ ਹਾਂਜੀ ਯਾਦ ਆ ਜੀ ਹਾਂਜੀ ਅਤੇ ਤੁਸੀਂ ਜਦੋਂ 1947 'ਚ ਜਦੋਂ ਰੌਲੇ ਪੈਣੇ ਸ਼ੁਰੂ ਹੋਏ ਹਾਂਜੀ ਉਦੋਂ ਤੁਹਾਨੂੰ ਕਿੱਥੋਂ ਪਤਾ ਲੱਗਾ ਵੀ ਹੁਣ ਵੀ ਆਹ ਗੜਬੜ ਸ਼ੁਰੂ ਹੋ ਗਈ ਤੁਹਾਡੀ 11 ਸਾਲ ਦੀ ਏਜ ਸੀ ਹਾਂਜੀ ਖਬਰਾਂ ਆਉਂਦੀਆਂ ਪੈਣਾ ਅਖਬਾਰਾਂ ਹੈ ਨਹੀਂ ਸੀ ਉਹਨਾਂ ਹਾਂਜੀ ਮੈਂ ਰੰਧਾਵਾ ਮੈਂ ਹਜੇ ਰੰਧਾਵਾ ਮਸੰਦਾ ਮਿੱਟ ਸਾਡੇ ਨਾਲ ਆ ਹਾਂਜੀ ਉੱਥੇ ਮੈਂ ਉਸ ਵੇਲੇ ਪੜ੍ਹਦਾ ਸੀ ਅੱਛਾ ਜੀ ਹਾਂਜੀ ਪੜ੍ਹਦਾ ਸੀ ਮੈਂ ਮੇਰੇ ਖਿਆਲ ਦੂਸਰੀ ਤੀਸਰੀ ਕਲਾਸ ਸੀਗਾ ਮੈਂ ਉਸ ਵੇਲੇ ਹਾਂਜੀ ਅਤੇ ਉੱਥੇ ਸਾਨੂੰ ਇੱਦਾਂ ਪਤਾ ਲੱਗਾ ਨਾਲ ਪਿੰਡ ਸੀ ਸਾਡੇ ਰੰਧਾਵਾ ਮਸੰਦ ਦੇ ਨਾਲ ਪਿੰਡ ਬਾਂਸੀਆਂ ਸੀ ਬਾਂਸੀਆਂ ਹਾਂਜੀ ਛੋਟੇ ਜਿਹੇ ਪਿੰਡ ਸੀ ਮੁਸਲਮਾਨਾਂ ਦਾ ਹਾਂਜੀ ਪਿਓਰ ਮੁਸਲਮਾਨ ਸੀਗੇ ਸਾਰੇ ਉੱਥੇ ਹਾਂਜੀ ਔਰ ਉਹ ਮੁਸਲਮਾਨਾਂ ਦੇ ਮੁੰਡੇ ਜਿਹੜੇ ਸੀ ਉਹ ਵੀ ਸਾਡੇ ਨਾਲ ਪੜ੍ਹਦੇ ਸੀ ਬਾਂਸੀਆਂ ਦੇ ਬਾਂਸੀਆਂ ਦੇ ਹਾਂਜੀ ਰੰਧਾਵਾ ਮਸੰਦਾਂ ਦੇ ਮਤਲਬ ਰੰਧਾਵਾ ਸਾਡਾ ਸਕੂਲ ਸੀ ਉਹ ਵੀ ਪੜ੍ਹਨ ਆਉਂਦੇ ਅਸੀਂ ਪੜ੍ਹ ਜਾਂਦੇ ਸੀ ਉੱਥੇ ਅੱਛਾ ਅੱਛਾ ਉੱਥੇ ਪੜ੍ਹਦਿਆਂ ਪੜ੍ਹਦਿਆਂ ਪਤਾ ਲੱਗਾ ਰੌਲਾ ਲਿਆ ਵੀ ਇੱਦਾਂ ਮੁਸਲਮਾਨ ਇੱਧਰ ਨੂੰ ਪੁੱਟਣੇ ਆ ਮਾਰਨੇ ਆ ਪੜ੍ਹ ਲਓ ਇੱਦਾਂ ਗੱਲਾਂ ਬਾਤਾਂ ਚੱਲੀਆਂ ਅਤੇ ਤੁਸੀਂ ਦੌੜ ਜਾਓ ਨਿਆਣਿਓ ਅਸੀਂ ਫਿਰ ਉੱਥੋਂ ਦੌੜੇ ਆ ਕੇ ਪਿੰਡ ਆ ਗਏ ਅਤੇ ਆਪਣੇ ਕੋਈ ਯਾਦ ਹੈ ਮਤਲਬ ਵੀ ਕਿਹੜਾ ਮਹੀਨਾ ਸੀ ਜਦੋਂ 47 ਵਾਪਰਿਆ ਮਹੀਨਾ ਤਾਂ ਜੀ ਉਸ ਵੇਲੇ ਮੌਸਮ ਕਿਹੋ ਸੀ ਮੌਸਮ ਠੀਕ ਸੀ ਗਰਮੀਆਂ ਸੀ ਬਰਸਾਤ ਸੀ ਨਹੀਂ ਗਰਮੀਆਂ ਸੀ ਗਰਮੀਆਂ ਸੀ ਜੀ ਸਾਹਿਬ ਅਤੇ ਇਹਦਾ ਲੋਹੀ ਪਿੰਡ ਆ ਹਾਂਜੀ ਇਹਨੂੰ ਹੁਣ ਗੂਗਲ ਚਲੇ ਜਾਂਦਾ ਲੋਹੀਆਂ ਜੀ ਸਾਹਿਬ ਅਤੇ ਪਹਿਲਾਂ ਨਾਂ ਕੀ ਸੀ ਲੋਹੀ ਸੀ ਨਹੀਂ ਪਹਿਲਾਂ ਵੀ ਇਹਦਾ ਨਾਂ ਸ਼ੁਰੂ ਤੋਂ ਲੋਹੀਆਂ ਸੀ ਲੋਹੀਆਂ ਸੀ ਲੋਹੀਆਂ ਸੀ ਲੋਹੀ ਕਦੀ ਵੀ ਨਹੀਂ ਸੀ ਅਤੇ ਲੋਹੀ ਕਿਉਂ ਕਹਿੰਦੇ ਆ ਲੋਹੀ ਪਿੰਡ ਦਾ ਨਾਂ ਹੀ ਸੀ ਅੱਜ ਮੁਸਲਮਾਨਾਂ ਨੇ ਜੋ ਰੱਖਿਆ ਸੀ ਉਹਨਾਂ ਨੇ ਕਹਿੰਦੇ ਲੋਹੀਆਂ ਆ ਹਾਂਜੀ ਅਤੇ ਲੋਹੀਆਂ ਨਾਂ ਸੀ ਹਾਂਜੀ 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 ਲੋਹੀ ਨਾਂ ਸੀ ਲੋਹੀ ਸਾਡੇ ਲੋਹੀਆਂ ਲੋਹੀਆਂ ਇੱਧਰ ਸੁਲਤਾਨਪੁਰ ਲੋਹੀਆਂ ਉੱਧਰ ਸੀਗਾ ਕੋਈ ਇਸ ਕਰਕੇ ਲੇਖਾ ਹੋਊ ਜਾਂ ਕਿੱਦਾਂ ਵੀ ਇਹ ਪਿੰਡ ਦਾ ਨਾਂ ਲੋਹੀ ਸੀ ਲੋਹੀ ਜੀ ਸਾਹਿਬ ਅਤੇ ਹੁਣ ਵੀ ਗੂਗਲ 'ਤੇ ਲਿਖਿਆ ਵੀ ਲੋਹੀਆਂ ਉਹ ਲੋਹੀਆਂ ਇਹ ਪਿੰਡ ਦਾ ਨਾਂ ਨਹੀਂ ਲੋਹੀਆਂ ਨਹੀਂ ਲੋਹੀ
ਤੇ ਜਿਹੜਾ ਉੱਥੇ ਲੋਹੀਆਂ ਦੇ ਬੋਰਡ ਆ ਦਰਖਤ ਆ ਸਕੂਲ ਦੀ ਗਰਾਊਂਡ ਦੇ ਲਾਗੇ ਉਹ ਕਿੰਨਾ ਕੁ ਪੁਰਾਣਾ ਆ ਸਾਹਿਬ ਜੀ ਉਸ ਟਾਈਮ ਤੇ ਵੀ ਜਿਹੜੀ ਬੋਰਡ ਆ ਨਾ ਬਹੁਤ ਵੱਡੀ ਬੋਰਡ ਸੀ ਜੀ ਨਾਲ ਦੇ ਇੱਕ ਪਿੱਪਲ ਸੀ ਹੋਰ ਅੱਛਾ ਜੀ ਪਿੱਪਲ ਸੀ ਇੱਕ ਹੋਰ ਤੇ ਇਕੱਠੇ ਸੀਗੇ ਔਰ ਥੱਲੇ ਇਹਦੇ ਬਹੁਤ ਵੱਡਾ ਛੱਪੜ ਸੀ ਅੱਛਾ ਜੀ ਕਿੱਧਰਲੇ ਪਾਸੇ ਇਹ ਉੱਥੋਂ ਮਤਲਬ ਸੱਜੇ ਪਾਸੇ ਅੱਛਾ ਜੀ ਤਾਂ ਆਹ ਦਰਖਤ ਹੈ ਨਾ ਇਹਦੇ ਸੱਜੇ ਪਾਸੇ ਇੱਕ ਨਾਲ ਹੋਰ ਸੀ ਪਿੱਪਲ ਉਹ ਸੁੱਕਾ ਆਇਆ ਸੀਗਾ ਅੱਛਾ ਜੀ ਉਹ ਬਿਲਕੁਲ ਸੁੱਕਾ ਆਇਆ ਸੀਗਾ ਤੇ ਇਹ ਛੱਪੜ ਜਿਹੜਾ ਬਹੁਤ ਡੂੰਘਾ ਛੱਪੜ ਸੀ ਔਰ ਸਾਰੇ ਡੰਗਰ ਜਿੰਨਾ ਗਰਮੀਆਂ ਨੂੰ ਸਾਰੇ ਉੱਥੇ ਮਤਲਬ ਪਾਣੀ ਪੂਣੀ ਪੀਂਦੇ ਸੀ ਔਰ ਨਾਲ ਉਹਨਾਂ ਦਾ ਇੱਕ ਖੂਹ ਸੀ ਪੁਰਾਣਾ ਅੱਛਾ ਜੀ ਖੂਹ ਸੀ ਪੁਰਾਣਾ ਨਹੀਂ ਤੁਸੀਂ ਗੱਲ ਕਰ ਰਹੇ ਆਪਣੇ ਵੀ ਲੋਹੀਆਂ ਪਿੰਡ ਦੀ ਜਿਹੜਾ ਬੋਰਡ ਪਿੰਡ ਦੀ ਅੱਛਾ ਜੀ ਸਾਹਿਬ ਲੋਹੀ ਪਿੰਡ ਦੀ ਗੱਲ ਕਰ ਰਿਹਾ ਜੀ ਤੇ ਅਸੀਂ ਜਦੋਂ ਪਾਰਟੀਸ਼ਨ ਤੋਂ ਬਾਅਦ ਪਾਰਟੀਸ਼ਨ ਜਦੋਂ ਪਾਰਟੀ ਤੋਂ ਪਹਿਲਾਂ ਹਾਂਜੀ ਉੱਥੇ ਕੋਈ ਨਕਲਾਂ ਸੀਗੀਆਂ ਕਿਸੇ ਦੇ ਅੱਛਾ ਜੀ ਨਕਲਾਂ ਇੱਧਰ ਨਕਲਾਂ ਦੇਖਣ ਗਏ ਹਾਂਜੀ ਕਿਉਂਕਿ ਉਹ ਪਿੰਡ ਦਾ ਮੁਸਲਮਾਨ ਦਾ ਇਹ ਸੀਗਾ ਕਿ ਪਿੰਡ ਦਾ ਜਿਹੜਾ ਵਿਆਹ ਪਿੰਡ 'ਚ ਹੀ ਹੋ ਜਾਂਦਾ ਹੈ ਹਾਂਜੀ ਇਹਨਾਂ ਦੇ ਪਿੰਡ 'ਚ ਸ਼ਾਦੀ ਪਿੰਡ 'ਚ ਹੀ ਹੋ ਜਾਂਦੀ ਸੀ ਹਾਂਜੀ ਅਤੇ ਅਸੀਂ ਉਹ ਜਦੋਂ ਉਹ ਗਾਉਣ ਗੂਣ ਵਾਲੇ ਉੱਥੇ ਆਏ ਅਤੇ ਉਹ ਫਿਰ ਅਸੀਂ ਤਦ ਉੱਥੇ ਅਸੀਂ ਮਤਲਬ ਨਕਲਾਂ ਦੇਖ ਲਏ ਦਫ਼ਤਰ ਦੇਖਣਾ ਅਸੀਂ ਗਏ ਅੱਛਾ ਜੀ ਹਾਂਜੀ ਅਤੇ ਇਹਨਾਂ ਦੇ ਮੁਸਲਮਾਨ ਦੇ ਰਿਵਾਜ ਨਕਲਾਂ ਹੁੰਦੀਆਂ ਹੋਣਗੀਆਂ ਗਾਉਣ ਵਾਲੇ ਆਉਂਦੇ ਹੋਣਗੇ ਵਿਆਹਾਂ ਸ਼ਾਦੀਆਂ ਦੇ ਹਾਂਜੀ ਹਾਂਜੀ ਬਹੁਤ ਰੌਣਕਾਂ ਹੁੰਦੀਆਂ ਸੀ ਅੱਛਾ ਜੀ ਬਹੁਤ ਰੌਣਕਾਂ ਹੁੰਦੀਆਂ ਸੀ ਉਹਨਾਂ ਲੋਕਾਂ ਦਾ ਆਹ ਨਾਂ ਦੇ ਪਿੰਡਾਂ ਨਾਂ ਰਾਪਰ ਨਾਂ ਬੱਲਾ ਨਾਂ ਮੁਖੀਆਂ ਦੇ ਸਿੱਖਾਂ ਨਾਲ ਕਿਹੋ ਜਿਹਾ ਬਹੁਤ ਅੱਛਾ ਸਲੂਕ ਸੀ ਸਾਰੇ ਰਲ ਮਿਲ ਕੇ ਰਹਿੰਦੇ ਸੀ ਉਹ ਸਾਨੂੰ ਮੈਨੂੰ ਯਾਦ ਆ ਕਿ ਇੱਥੇ ਅਸੀਂ ਅਨਗੱਜੇ ਦੇ ਲਾਗੇ ਹਾਰ ਦੇ ਵਿੱਚ ਮਾਰੂ ਸੀ ਜ਼ਮੀਨ ਟਿੱਬਾ ਇੱਥੇ ਮੂੰਗਫਲੀ ਬੀਜੀ ਹੋਈ ਸੀ ਜੀ ਅਸੀਂ ਗਏ ਮਤਲਬ ਲੋਹੀ ਗਏ ਬਹਿੜਾ ਸੀਗਾ ਫੌਜੇ ਕੋਲ ਉਹਦਾ ਨਾਮ ਫੌਜਾ ਸੀ ਮੁਸਲਮਾਨ ਅੱਛਾ ਜੀ ਅਸੀਂ ਕਿਹਾ ਬਹਿੜਾ ਸਾਨੂੰ ਦੇ ਦੇ ਉਹ ਪਤਾ ਨਹੀਂ ਕਿੰਨੇ ਦਾ ਸੌਦਾ ਪਤਾ ਨਹੀਂ ਪੰਜਾਂ ਦਾ ਸੱਤਾਂ ਦਸਾਂ ਇੱਦਾਂ ਕੁਛ ਹੋਇਆ ਸੌਦਾ ਹਾਂਜੀ ਉਹ ਕਹਿਣ ਲੱਗਾ ਵੀ ਮੈਂ ਨਹੀਂ ਦੇਣਾ ਸਾਨੂੰ ਲੋੜ ਸੀ ਤਾਂ ਫਿਰ ਅਸੀਂ ਜਦ ਜਦ ਮੂੰਗਫਲੀ ਪੱਟ ਦੇਣ ਗੱਜੇ ਦੇ ਹਾਰ 'ਚ ਵਿੱਚ ਤਾਂ ਫਿਰ ਉਹ ਕਹਿਣ ਲੱਗਾ ਤੁਸੀਂ ਬਹਿੜਾ ਲੈ ਲਓ ਫੌਜਾ ਕਹਿਣ ਲੱਗਾ ਬਹਿੜਾ ਲੈ ਲਓ ਤੁਸੀਂ ਹਾਂਜੀ ਉਸ ਤੋਂ ਬਾਅਦ ਫਿਰ ਛੇਤੀ ਜਿਹੜਾ ਨਾ ਰੌਲਾ ਗੋਲਾ ਪੈ ਗਿਆ ਰੌਲਾ ਗੋਲਾ ਪੈ ਗਿਆ ਤਾਂ ਸਾਨੂੰ ਨਹੀਂ ਸੀ ਪਤਾ ਵੀ ਕੀ ਹੋ ਰਿਹਾ ਕਿਉਂਕਿ ਬੱਚੇ ਸੀਗੇ ਸਾਰੇ ਜੀ ਤਾਂ ਉਹ ਫਿਰ ਨਾ ਫੌਜਾ ਸੀ ਜਿਹੜਾ ਉਹ ਕਹਿਣ ਲੱਗਾ ਵੀ ਤੁਸੀਂ ਪਹਿਲਾਂ ਤਾਂ ਤੀਹਾਂ ਦਾ ਕਹੇ ਤਾਂ ਫਿਰ ਉੱਧਰੋਂ ਲੋਹੀ ਵੱਲੋਂ ਨਾ ਉਹ ਬਹਿੜਾ ਜਿਹੜਾ ਫੜ ਕੇ ਉਹਨੇ ਮਤਲਬ ਖੱਦਰ ਦਾ ਝੱਗਾ ਪਾਇਆ ਸੀ ਅੰਦਰਲੀ ਜੇਬ ਤੋਂ ਗੁੜਦੀਆਂ ਡੋਬ ਡੋਈਆਂ ਪਾਈ ਮੈਂ ਕਿਤੇ ਉਹ ਜਦੋਂ ਇੱਥੋਂ ਲੰਘ ਗਿਆ ਨਾ ਮੁੱਖਿਆਂ ਥਾਣੀ ਸਾਡੀ ਹੱਦ ਨਾਲ ਲੱਗਦੀ ਆ ਅਤੇ ਇੱਥੇ ਆਇਆ ਤਾਂ ਨਿਆਣੇ ਖੇਡਦੇ ਸੀਗੇ ਤਾਂ ਉਹ ਲੋਕਾਂ ਨੇ ਕਿਹਾ ਵੀ ਆਹ ਗੱਲ ਆ ਗੱਲ ਕੁਛ ਲੋਕ ਕਹਿਣ ਲੱਗੇ ਫੌਜਾ ਤੇਰੇ ਕੋਲ ਕੀ ਅਦਖਾਲ ਕੀ ਆ ਉਹ ਕਹਿੰਦੇ ਜੀ ਮੇਰੇ ਕੋਲ ਕੁਛ ਨਹੀਂ ਦੇਖੋ ਮੇਰੇ ਕੋਲ ਦੋ ਡਲੀਆਂ ਗੁੜਦੀਆਂ ਆ ਹੈ ਜੀ ਅਤੇ ਕਿਤੇ ਮੈਂ ਖਾ ਕੇ ਪਾਣੀ ਪੀ ਲਊਂਗਾ ਅਤੇ ਆਹ ਜਿਹੜਾ ਬਹਿੜਾ ਆ ਕਹਿੰਦਾ ਇਹ ਮੈਂ ਪਤਾ ਨਹੀਂ ਕਿੱਥੇ ਹੁਣ ਮੈਂ ਕਿੱਥੇ ਛੱਡਣਾ ਇਹਨੇ ਕੀ ਹੋਣਾ ਇਹ ਮੇਰਾ ਨਾਂ ਲਿਓ ਤੁਸੀਂ ਉਹ ਬਹਿੜਾ ਫਿਰ ਨਾਲ ਲੈ ਗਿਆ ਤਾਂ ਲੋਕਾਂ ਅੱਗੇ ਚੰਗਾ ਪਾਈ ਜਾ ਉਹਦਾ ਬਾਕੀ ਪਰਿਵਾਰ ਨਾਲ ਨਹੀਂ ਸੀ ਉਸ ਟਾਈਮ ਨਹੀਂ ਕੋਈ ਨਹੀਂ ਸੀ ਇਕੱਲਾ ਹੀ ਸੀ ਇਕੱਲਾ ਹੀ ਇਕੱਲਾ ਸੀ ਇੱਕ ਮਾਮੂ ਖਾਨ ਹੁੰਦਾ ਸੀ ਅੱਛਾ ਜੀ ਮਾਮੂ ਖਾਨ ਸੀਗਾ ਫੌਜ ਦੇ ਵਿੱਚ ਮਾਨੂ ਖਾਨ ਮਾਮੂ ਖਾਨ ਲੋਹੀ ਦਾ ਮਾਮੂ ਖਾਨ ਉਹ ਵੀ ਲੋਹੀ ਦਾ ਉਹ ਫੌਜੀ ਸੀ ਅੱਛਾ ਜੀ ਉਹਨਾਂ ਕੋਲ ਰਫਲ ਹੁੰਦੀ ਸੀ ਅੱਛਾ ਉਹ ਤੋਂ ਸਾਰੇ ਡਰਦੇ ਸੀ ਆਹ ਪਿੰਡਾਂ ਦੇ ਵੀ ਲੋਕ ਬਹੁਤ ਤਕੜਾ ਜਵਾਨ ਸੀ ਉੱਚਾ ਰੱਖੀਆਂ ਉੱਚਾ ਰੱਖੀਆਂ ਸੀ ਉਹਨੇ ਉਹ ਕੋਲ ਰਫਲ ਹੁੰਦੀ ਸੀ ਮਾਮੂ ਖਾਨ ਮਾਮੂ ਖਾਨ ਉਹਦੇ ਕੋਲ ਭਰਾਵਾਂ ਦਾ ਯਾਦ ਭਰਾ ਕੌਣ ਕੌਣ ਸੀ ਨਹੀਂ ਭਰਾ ਦਾ ਇੰਨਾ ਨਹੀਂ ਜੀ ਯਾਦ ਮੈਨੂੰ ਇੰਨਾ ਮੈਨੂੰ ਪਤਾ ਕਿ ਪਤਾ ਨਹੀਂ ਫੌਜ ਵਿੱਚ ਸੀ ਉਹ ਤੋਂ ਲੋਕ ਚੱਲਦੇ ਸੀ ਹੋਰ ਲੋਹੀ ਦੇ ਮੈਂ ਮੁਸਲਮਾਨ ਵੀਰਾਂ ਬਾਰੇ ਤਾਂ ਨਾਂ ਯਾਦ ਆ ਕਿਸੇ ਨਹੀਂ ਹੋਰ ਮੈਨੂੰ ਨਾਂ ਨਹੀਂ ਜੀ ਯਾਦ ਕਿਉਂਕਿ ਮੈਂ ਉਦੋਂ ਇੰਨਾ ਨਹੀਂ ਸੀ 11 ਸਾਲ ਦੀ ਏਜ ਸੀ ਜੀ ਜੀ ਸਾਹਿਬ ਹਾਂਜੀ ਮੈਂ ਜਾਣ ਆਉਣ ਹੈ ਨਾ ਸੀ ਉੱਧਰ ਇੰਨਾ ਜੀ ਤੇ ਜਦੋਂ ਉਸ ਤੋਂ ਪਹਿਲੇ ਕਦੀ ਵੀ ਆਪਣੇ ਸਿੱਖਾਂ ਸਿੱਖਾਂ ਦੀ ਤੇ ਮੁਸਲਮਾਨ ਦੀ ਕੋਈ ਲੜਾਈ ਹੋਈ ਕੋਈ ਮਸਲਾ ਹੋਇਆ ਨਹੀਂ ਸਾਹਿਬ ਜੀ ਨਹੀਂ ਕਦੀ ਨਹੀਂ ਵੀ ਉਦੋਂ 47 ਤੋਂ ਬਾਅਦ ਹੀ ਕੰਮ ਸ਼ੁਰੂ ਹੋਇਆ 47 ਤੋਂ ਹੱਪਾ ਸ਼ੁਰੂ ਹੋ ਗਿਆ ਜੀ ਤੇ ਜਦੋਂ ਇੱਥੇ ਇਸ ਪਿੰਡੋਂ ਲੋਹੀ ਤੋਂ ਮੁਸਲਮਾਨ ਉੱਜੜੇ ਆ ਜੀ ਸਾਹਿਬ ਤੇ ਉਹ ਕਿਤੇ ਸਿੱਧੇ ਪਾਕਿਸਤਾਨ ਚਲੇ ਗਏ ਕਿਤੇ ਕੈਂਪ ਵਿੱਚ ਗਏ ਤੇ ਕੀ ਹੋਇਆ ਨਹੀਂ ਜੀ ਸਾਡੇ ਲਾਗੇ ਇੱਕ ਨੂਰਪੁਰ ਇੱਥੇ ਕੈਂਪ ਸੀਗਾ ਨੂਰਪੁਰ ਨੂਰਪੁਰ ਜੀ ਤੇ ਉਹ ਮੇਰਾ ਖਿਆਲ ਨੂਰਪੁਰ ਚਲੇ ਗਏ ਸੀ ਕਿਉਂਕਿ ਗੌਰਮੈਂਟ ਤੇ ਉਹਨਾਂ ਨੂੰ ਇੱਥੇ ਜਿੱਦਾਂ ਹੁਣ ਸਾਡੇ ਪਿੰਡ ਵੀ ਗੁੱਜਰ ਸੀਗੇ ਅੱਛਾ ਜੀ ਮੁਸਲਮਾਨ ਸੀਗੇ ਇੱਥੇ ਰਹਿੰਦੇ ਭਰਾਈ ਰਹਿੰਦੇ ਸੀ ਭਰਾਈ ਉਹਨਾਂ ਦੇ ਨਾਂ ਯਾਦ ਹੈ ਹਾਂਜੀ ਉਹਨਾਂ ਨਾਂ ਰਿਮਾ ਸੀ ਅਤੇ ਫਕੀਰ ਮੁਹੰਮਦ ਮੇਰਾ ਦੋਸਤ ਸੀ ਪੜ੍ਹਦੇ ਸੀ ਅਸੀਂ ਉਹ ਸਾਡੇ ਪਿੰਡ ਦੇ ਸੀ ਮੁਸਲਮਾਨ ਅੱਛਾ ਜੀ ਮੁਖਿਆਂ ਦੇ ਹਾਂਜੀ ਅਸੀਂ ਇਕੱਠੇ ਪੜ੍ਹਦੇ ਸੀ ਤਾਂ ਇਕੱਠੇ ਹੀ ਅਸੀਂ ਪੜ੍ਹਨ ਜਾਂਦੇ ਸੀ ਰਦਾਵੀ ਪ੍ਰਾਇਮਰੀ ਸਕੂਲ 'ਚ ਅੱਛਾ ਜੀ ਉੱਥੇ ਪੜ੍ਹਨ ਜਾਂਦੇ ਸੀ ਤਾਂ ਉਹਨੇ ਮੈਂ ਉਹਨੂੰ ਬੁਲਾਉਣ ਜਾਣਾ ਤਾਂ ਉਹਨੇ ਕਹਿਣਾ ਠਹਿਰ ਜਾ ਯਾਰ 2 ਮਿੰਟ ਕਹਿਣਾ ਉੱਧਰ ਨੂੰ ਗਏ ਆ ਆਪਣੇ ਬਜ਼ੁਰਗ ਉੱਧਰ ਨੂੰ ਚਲੇ ਗਏ ਉਹਨੇ ਛੱਲੀਆਂ ਤੇ ਭੜੋਲਾ ਜਿਹਾ ਖੁੰਦਾ ਬਣਾਇਆ ਹਾਂਜੀ ਉਹ ਵੀ ਰੱਖਿਆ ਛੋਲੀ ਛੱਲੀਆਂ ਦਾ ਅੱਛਾ ਮੱਕੀ ਦਾ ਹਾਂਜੀ ਉਹ ਵਿੱਚ ਉਹਨਾਂ ਝੋਲੇ ਖੱਦਰ ਦਾ ਝੋਲਾ ਹੁੰਦਾ ਸੀ ਉਹ ਤਿੰਨ ਚਾਰ
ਪਾ ਲੈਣੀਆਂ, ਪਾ ਕੇ ਤਾਂ ਫਿਰ ਜਾ ਕੇ ਗੇਰ ਕੇ ਤਾਂ ਫਿਰ ਦਾਮੀ ਜਾ ਕੇ ਅੱਧੀ ਛੁੱਟੀ ਵੇਲੇ ਫਿਰ ਦਾਣੇ ਭਣਾਉਣੇ, ਫਿਰ ਅਸੀਂ ਚਿੱਬੜੇ ਆਪਣੇ ਟੋਟਲ ਕਿੰਨੇ ਘਰ ਸੀ ਮੁਸਲਮਾਨਾਂ ਦੇ ਮੁਖਿਆ ਵਿੱਚ? ਕੋਈ ਮੇਰਾ ਖਿਆਲ ਹੈ ਕੋਈ 5-7 ਹੀ ਘਰ ਸੀਗੇ ਜੀ। ਅੱਛਾ, ਉਹ ਪ੍ਰਾਈਜ਼ ਸੀ ਨਾਲੇ ਗੁਲਾਬ ਮੁਹੰਮਦ ਸੀ, ਮੈਨੂੰ ਹੋਰ ਦੂਜਾ ਨਾਂ ਭੁੱਲ ਗਿਆ। ਉਹ ਜਿਹੜਾ ਗੁਲਾਬ ਮੁਹੰਮਦ ਸੀ ਇਹਨਾਂ ਦਾ ਪਰੇ ਖੂਹ ਸੀਗਾ ਕਾਲੇ ਵਾਹੀਆਂ ਦੇ ਲਾਗੇ। ਅੱਛਾ, ਗੁਲਾਬ ਮੁਹੰਮਦ ਦਾ? ਹਾਂਜੀ, ਤੇ ਬਹੁਤ ਸੋਹਣਾ ਉਹਨਾਂ ਦੇ ਅੰਬ ਬੂਟੇ ਲਾਏ ਹੋਏ ਸੀ, ਬਹੁਤ ਸਵਾਰਿਆ ਸੀ ਉਹਨਾਂ ਨੇ, ਤੇ ਬਹੁਤ ਨੇਕ ਇਨਸਾਨ ਸੀਗੇ। ਔਰ ਉਹਦੇ ਵਿੱਚ ਪਿੰਡ ਦੇ ਵਿੱਚ ਸਾਡੇ ਪਿੰਡ ਮੁਖੀਆਂ ਦੇ ਵਿੱਚ ਇੱਕ ਮੁਸਲਮਾਨ ਸੀ ਅਲੀਆ ਸੀ ਉਹਦਾ ਨਾਮ। ਅੱਛਾ ਜੀ। ਉਹ ਜਾਣੀ ਪਿੰਡ ਦੇ ਲੰਬੜਦਾਰਾਂ ਨਾਲ ਉਹਦੀ ਆਉਣ ਵਾਲ ਰਹਿੰਦੀ ਸੀ। ਅੱਛਾ। ਉਹਦੇ ਕੋਲ ਸੀ ਅਲੀਆ ਕੋਲ ਬੋਤੀ ਹੁੰਦੀ ਸੀ। ਅੱਛਾ, ਬੋਤੀ ਊਟਣੀ। ਊਟਣੀ, ਹਾਂਜੀ। ਉਹ ਇੱਥੋਂ ਉਹਨੇ ਨਾ ਕਈ ਦਫ਼ਾ ਉਹਨੇ ਛੱਡਣੀ, ਤਾਂ ਉਹਨੂੰ ਜੇ ਨਾ ਲੰਬੜਦਾਰਾਂ ਦੀ ਕੋਈ ਫਸਲ ਉਹਨੇ ਖਾ ਲੈਣੀ ਦੂਜਾ ਚੀਜ਼, ਤਾਂ ਫਿਰ ਉਹ ਆਪੂ ਵੀ ਝਗੜਾ ਹੁੰਦਾ, ਝਗੜਾ ਹੁੰਦਾ। ਤਾਂ ਫਿਰ ਉਹਨੇ ਕਹਿਣਾ ਬੋਤੀ, ਕਹਿਣਾ ਅਲੀਏ ਦੀ ਦੇਖੋ ਜਾਂਦੀ, ਕਹਿਣਾ ਸਿੱਧੀ ਇੱਥੇ ਛੱਡ ਦੇਣੀ ਉਹਨੇ। ਅੱਛਾ। ਸਿੱਧੀ ਖੂਹ ਨੂੰ ਫਿਰ ਜਾ, ਕਹਿਣਾ ਜੋ ਮਰਜ਼ੀ ਖਾਵੇ, ਜਿੱਦਾਂ ਮਰਜ਼ੀ ਆ, ਬੋਤੀ ਅਲੀਏ ਦੀ। ਹਾਂ, ਬੋਤੀ ਅਲੀਏ ਦੀ। ਫਿਰ ਲੰਬੜਦਾਰ ਮਾਫ਼ ਕਰਨਾ, ਔਰ ਲੰਬੜਦਾਰ ਫਿਰ ਨਾ ਉਹਦੇ ਕੋਲ ਡਰਦੇ ਸੀ, ਕਿਉਂਕਿ ਉਹ ਬੰਦਾ ਬਹੁਤ ਖਾੜਕੂ ਸੀ। ਔਰ ਉਸ ਬੰਦੇ ਨੇ ਜਦੋਂ ਰੌਲਾ ਗੌਲਾ ਪਿਆ, ਰੀਮਾ ਵੀ ਇੱਥੇ, ਰੀਮਾ ਵੀ ਇਸਗਾ ਇੱਥੇ ਦਾ ਆਪਣੇ ਸਾਡੇ ਪਿੰਡ ਦਾ, ਹਾਂਜੀ, ਉਹ ਵੀ ਠੀਕ ਠਾਕ ਸੀ ਬੰਦਾ। ਔਰ ਜਦੋਂ ਫਿਰ ਨਾ ਰੌਲਾ ਪਿਆ ਅਤੇ ਆਹ ਗੱਲ ਹੋਈ, ਅਤੇ ਇੱਦਾਂ ਕਰਕੇ ਲਿਆ ਵੀ ਹੁਣ ਰੌਲਾ ਪੈ ਗਿਆ, ਫੜ ਲਓ ਮੁਸਲਮਾਨਾਂ ਨੂੰ, ਲੁੱਟ ਲਓ ਮੁਸਲਮਾਨਾਂ ਨੂੰ, ਤਾਂ ਉਹਦੇ ਜਿਹੜੇ ਬੋਲ ਸੀਗੇ ਉਹ ਖੁਰਲੀ ਚੱਕ ਕੇ ਸਾਡੇ ਮੇਰੇ ਬਾਬੇ ਦੀ ਇੱਥੇ ਘਰ ਰੱਖ ਗਿਆ, ਸਾਡੇ ਘਰ ਰੱਖ ਗਿਆ, ਬੋਲ ਬਣ ਗਿਆ। ਕੀ ਨਾਂ? ਰਹਿਮਾ ਹੈ ਜੀ। ਹਾਂ, ਅੱਛਾ, ਉਹ ਇਹਨੇ ਅਲੀਆ, ਅਲੀਆ, ਅਲੀਆ ਸੀ, ਅਲੀਆ, ਅਲੀਆ ਬੋਲਦਾ ਦੀ ਖੁਰਲੀ ਅਤੇ ਬੋਲ ਸਾਡੇ ਘਰ ਰੱਖ ਗਿਆ। ਹਾਂ, ਸਾਡੇ ਮੇਰੇ ਬਾਬੇ ਦੇ ਘਰ ਰੱਖ ਗਿਆ, ਕਹਿੰਦਾ ਜੇ ਮੈਂ ਜੀਂਦਾ ਰਿਹਾ ਤਾਂ ਮੈਂ ਆ ਕੇ ਲੈ ਲੂੰਗਾ, ਜੇ ਨਹੀਂ ਤਾਂ ਫਿਰ ਮੁਸ਼ਕਲ ਆ। ਹੈ ਜੀ, ਫਿਰ ਚਲੋ ਗੱਲਾਂ ਬਾਤਾਂ ਤਾਂ ਇੱਦਾਂ ਕਈ ਚਿਰ ਉਹ ਚੱਲਦਾ ਰਿਹਾ, ਹੋ ਗਿਆ, ਉਹ ਹੋ ਗਿਆ ਜੀ ਫਲਾਨਾ। ਫਿਰ ਲੰਬੜਦਾਰਾਂ ਨਾਲ ਉਹਦੀ ਬਹੁਤ ਸੀ ਅਣਬਣ, ਆਪੋ ਵਿੱਚ ਬਹੁਤ ਲੱਗਦੀ ਸੀ। ਅਤੇ ਫਿਰ ਲੰਬੜਦਾਰਾਂ ਨੇ ਪ੍ਰੋਗਰਾਮ ਬਣਾਇਆ ਵੀ ਉੱਦਾਂ ਤਾਂ ਅਲੀਆ ਕਾਬੂ ਨਹੀਂ ਆਉਂਦਾ, ਇਹਦੀ ਬੋਤੀ ਸਿੱਧੀ ਜਾਂਦੀ ਫਸਲਾਂ ਦੇ ਵਿੱਚ ਸਿੱਧੀ ਖੂਹ ਨੂੰ, ਹਾਂਜੀ, ਤਾਂ ਇਹਨੂੰ ਕੁਛ ਮਤਲਬ ਕੱਟ ਪੱਟ ਕਰ ਦਿਓ, ਖਤਮ ਕਰ, ਨਹੀਂ ਬੰਦੇ ਨੂੰ, ਬੰਦੇ ਨੂੰ, ਅਲੀਏ ਨੂੰ, ਅਲੀਏ ਨੂੰ, ਅਲੀਏ ਦੋ ਮੁੰਡੇ ਸੀਗੇ, ਇੱਕ ਸੀ ਆਲਮ, ਤਾਂ ਇੱਕ ਦਾ ਨਾਮ ਤਾਂ ਨਹੀਂ ਭੁੱਲ ਗਿਆ, ਮੈਨੂੰ ਨਾਂ ਭੁੱਲ ਗਿਆ। ਤਾਂ ਉਹ ਫਿਰ ਉਹਨਾਂ ਨੇ ਜਦੋਂ ਇੱਦਾਂ ਸਕੀਮ ਬਣਾਈ ਉਹਨਾਂ ਨੇ, ਤਾਂ ਉਹ ਫਿਰ ਇੱਥੋਂ ਸਾਡੇ ਘਰ 'ਚ ਖੁਰਲੀ ਰੱਖੀ ਹੋਈ ਸੀ, ਤਾਂ ਉਹ ਫਿਰ ਉਹਨੂੰ ਕਲੀਏ ਨੂੰ ਕਹਿਣਗੇ ਚੱਕ ਕੇ ਲੈ ਆ ਖੁਰਲੀ, ਬੋਲਦ ਵੀ ਲਾਇਆ, ਤਾਂ ਉੱਥੇ ਸਾਡੇ ਕੋਲ ਚੱਲ ਤੂੰ, ਅਸੀਂ ਤੇਰੀ ਰਾਖੀ ਕਰਾਂਗੇ। ਲੇਕਿਨ ਲੰਬੜਦਾਰਾਂ ਨੇ ਚਾਹੇ ਕੁਛ ਵੀ ਹੋਵੇ, ਗੁੱਸਾ ਮੰਨਣ, ਚਾਹੇ ਝੂਠ ਕੁਛ ਵੀ ਕਰਨੇ, ਲੇਕਿਨ ਮੈਂ ਸੱਚਾਈ ਤੁਹਾਨੂੰ ਗੱਲ ਦੱਸਦਾ। ਫਿਰ ਅਲੀਏ ਨੂੰ ਲਿਜਾ ਕੇ ਉੱਥੇ ਬਾਜਰਾ ਸੀਗਾ ਸਾਡੇ ਲਾਗੇ, ਜੀ ਕੁੜੀਆ ਹੈਗੀ ਬਾਬੇ ਨਾਨਕ ਨਾਂਗੇ ਦੀ, ਉੱਥੇ ਗੁੱਜਾ ਗੁੱਗਾ ਪੂਜਦੇ ਹੁੰਦੇ ਲੋਕ, ਉੱਥੇ ਲਿਜਾ ਕੇ ਬਾਜਰਾ ਵੱਢ ਕੇ ਨਾ ਇੰਨਾ ਕੁ ਰਸਤਾ ਸੜਕ ਬਣਾ ਕੇ, ਤਾਂ ਉੱਥੇ ਕੁਰਲੀ ਰੱਖਤੀ, ਬੋਲ ਦਵਾਂ ਤੇ ਲੈ ਵੀ ਅਲੀਆ ਪੱਠਾ ਰਸਤਾ ਪਾ, ਇੱਧਰੋਂ ਆਪ ਤਿਆਰੀ ਕਰਕੇ ਉਹ ਉਹਨੂੰ ਵੱਢਣ ਲਈ, ਤਾਂ ਇੰਨਾ ਸੜਕ ਬਣਾਈ ਸੀ ਜਾ ਕੇ, ਤਾਂ ਉਹਨਾਂ ਨੇ ਕੀਤਾ ਜਦੋਂ ਪੱਠੇ ਪੱਠੇ ਵੱਢਣ ਲੱਗਾ, ਤਾਂ ਲੰਬੜਾਂ ਨੇ ਜਾ ਕੇ ਉਹਨੂੰ ਮਤਲਬ ਉਹਨੂੰ ਮਾਰਨਾ ਸ਼ੁਰੂ ਕਰਤਾ, ਔਰ ਫਿਰ ਵੱਢਤਾ ਉਹਦਾ ਸਿਰ ਪੂਰਾ ਨਹੀਂ ਲਿੱਥਾ, ਉਹ ਦੌੜਾ ਹੀ ਆ ਕਿੜੀ ਦੂਰ ਤੱਕ, ਫਿਰ ਜਾ ਗਾਂ ਜਾ ਕੇ ਫਿਰ ਡਿੱਗ ਪਿਆ। ਅਤੇ ਇਹਨਾਂ ਨੂੰ ਪਤਾ ਨਹੀਂ, ਇਹ ਤੁਹਾਡੇ ਪਿੰਡ ਦੇ ਲੰਬੜਦਾਰਾਂ ਨੇ ਅਲੀ ਨੂੰ ਮਾਰਿਆ? ਜੀ ਸਾਹਿਬ, ਜੀ ਆਪ ਦੇਖਿਆ? ਹਾਂ ਜੀ, ਆਪ ਦੇਖਿਆ। ਮਤਲਬ ਧੋਖਾ ਕੀਤਾ ਉਹਨਾਂ ਅਲੀ ਦਾ? ਧੋਖਾ ਕੀਤਾ, ਕਿਉਂਕਿ ਉਹਦਾ ਕਾਬੂ ਨਹੀਂ ਸੀ ਆਉਂਦਾ, ਹੁਣ ਉੱਦਾਂ ਕਾਬੂ ਨਹੀਂ ਸੀ ਆਉਂਦਾ, ਇਹ ਸਾਰੇ ਇਕੱਠੇ ਹੋ ਕੇ ਜੋਤ ਪੈਂਦੇ ਸੀ ਉਹਨੂੰ, ਮੁਸਲਮਾਨਾਂ ਦਾ ਤਾਂ ਚੱਲਦਾ ਸੀ ਨਾ, ਹਿੰਦੂਆਂ ਦਾ ਨਾ। ਹੋਰ ਕੋਈ ਇਹੋ ਜਿਹੀ ਵਾਰਤਾ ਪਿੰਡ 'ਚ ਹੋਈ ਹੋਵੇ? ਨਹੀਂ ਜੀ, ਹੋਰ ਸਾਹਿਬ ਜੀ, ਹੋਰ ਮੈਨੂੰ ਕੋਈ ਪਤਾ ਨਹੀਂ ਰਹੀ ਮਾਫ਼ੀ। ਅਤੇ ਬਾਕੀ ਇੱਥੇ ਇੱਕ ਮੁੰਡਾ ਸਰਾਜੂ ਸੀ, ਤਾਜੂ ਵੀ ਸਾਦੇ ਸੀ ਉਹਨੂੰ, ਸਰਾਜੂ ਵੀ ਸਾਦੇ ਸੀ ਉਹਦਾ ਨਾਂ ਸੀਗਾ, ਉਹ ਭਰਾਈ ਸੀ ਸਾਡੇ ਪਿੰਡ ਦੇ, ਭਰਾਈ ਸੀਗੇ ਮੁਖੀਆਂ ਦੇ। ਅਤੇ ਆਪਣੇ ਲੋਹੀ ਦੇ ਹੋਰ ਪਰਿਵਾਰ ਜਦੋਂ ਲੋਹੀ ਆਏ ਉਜਰੇ ਆ, ਉਜਰ ਗਏ ਨੂਪੁਰ ਕੈਂਪ ਵਿੱਚ, ਉੱਥੇ ਕੋਈ ਨੁਕਸਾਨ ਤਾਂ ਨਹੀਂ ਹੋਇਆ? ਨਹੀਂ ਸਾਹਿਬ ਜੀ, ਇਹ ਮੈਨੂੰ ਪਤਾ ਨਹੀਂ, ਇੱਥੋਂ ਵੈਸੇ ਕਿਸੇ ਨੇ ਕੁਛ ਨਹੀਂ ਕਿਹਾ ਉਹਨਾਂ ਨੂੰ, ਇੱਥੋਂ ਨਾ ਕਿਸੇ ਨੇ ਕੁਛ ਨਹੀਂ ਕਿਹਾ, ਉਹ ਨੂਰਪੁਰਾ ਕੈਂਪ ਲੱਗਾਇਆ ਸੀ, ਉੱਥੇ ਉਹਨਾਂ ਨੂੰ ਪਹੁੰਚਾ ਦਿੱਤਾ। ਅਤੇ ਇੱਥੇ ਜਿਹੜੇ ਸਾਡੇ ਪਿੰਡ ਦੇ ਬੰਦੇ ਸੀਗੇ, ਹਾਂਜੀ, ਇੱਥੋਂ ਫਿਰ ਸਾਨੂੰ ਗੋਰਖਾ ਮਿਲਟਰੀ ਆਈ, ਅੱਛਾ, ਗੋਰਖਾ ਦੀ ਗੋਰਖੇ ਫੌਜ ਆਈ, ਤਾਂ ਉਹਨਾਂ ਨੇ ਫਿਰ ਨਾ, ਕਿਉਂਕਿ ਇਸ ਤਰ੍ਹਾਂ ਹੋਇਆ, ਉੱਥੇ ਪਹਿਲਾਂ ਇੱਕ ਆਲਮੇ ਹੁੰਦੀ ਸੀ, ਆਲਮੇ ਆਲਮੇ, ਹਾਂਜੀ, ਉਹ ਕੁੜੀ ਬਹੁਤ ਤਕੜੀ ਜਵਾਨ ਸੀ, ਅੱਛਾ ਜੀ, ਬਹੁਤ ਤਕੜੀ ਜਵਾਨ ਸੀ, ਬਹੁਤ ਸੋਹਣੀ ਸੁਨੱਖੀ ਤਕੜੀ ਸੀ ਉਹ, ਤਾਂ ਇਹਨਾਂ ਨੇ ਕਿਹਾ ਵੀ ਚਲੋ ਇਹ ਤਾਂ ਗਰੀਬ ਆ, ਇਹਨਾਂ ਕੋਲ ਜੋ ਰੌਲਾ ਗੌਲਾ ਪਿਆ,
चक्कल जाने पिंड कह लगा सा गर्मिया दिन सी जाता चलन सी मैं भी देखने गया फिर ना मतलब भाजड़ पै गई और मेरा बाप भी गया भजे फिर उधर नगजे वाल मूंगफलियां बीजिया सी रोह बीजिया सी जी तो बिच दी फिर दौड़े गए तो जाके फिर उन्होंने गोलियां गालियां चलाईया उन्होंने बहुत कुछ की लेकिन साढ़े बंद ने दौड़ के ना उन्होंने मेरे बाप भी नाल सी तो दौड़ के जो बड़ा सलार गोलियां चलाने वाला सी ना उन्होंने फड़ लिया मना दे कुड़ी के लिया सके नहीं कुड़ी नहीं जा सके उन्होंने फड़ के लिया के तो इतने फिर पिपल का लंडा पिपल सदे लंडा पिपल लंडा पिपल ये मुसलमाना का गुजरा ही थान से इतने जा के लम्मा पा के कुटिया बहुत कुटिया कटिया किसी ने दबिया भी की पेशाब किया ये वो कई गल्ला मरता इदा हुई लेकिन कुड़ी की इज्जत कह लगे साढ़े पिंड की यह है धी आ और सू मुसलमाना का तो सू इदा कोई फर्क नहीं ये मुसलमान नहीं साढ़े भरा आ असी इन्हों जान भी नहीं देना सी लेकिन ये गौरमेंट भेजी फौज भेजी इन्होंने गोरखा ਤਦ ਜੀ ਇਹਨਾਂ ਦੇ ਨਾਲ ਸਾਨੂੰ ਹੁਕਮ ਮੰਨਣਾ ਪੈਂਦਾ ਇਹ ਸਾਡੀ ਧੀ ਆ ਸਾਡੀ ਭੈਣ ਆ ਜਾਣਦੇ ਆ ਸੇ ਮੰਨਣਾ ਲਾਗੇ ਮੰਨਣਾ ਦੇ ਆਪਣੇ ਬਿਮਾਸ਼ਾ ਨੇ ਵੀ ਜਿਹੜੇ ਠੇਕੇਦਾਰ ਨੂੰ ਦੱਸੀ ਕੋਈ ਉਹਨਾਂ ਦਾ ਬਾਹਰ ਅੱਛਾ ਉਹ ਠੇਕੇਦਾਰ ਸਾਡੇ ਚਵਾਰੇ ਵਾਲੇ ਸਾਡੇ ਸੀ ਉਹਨੂੰ ਮੰਨਣਾ ਦੇ ਆਪਾਂ ਨੂੰ ਇਨਸਾਨ ਤੇ ਨਹੀਂ ਕਹਿ ਸਕਦੇ ਬਦਮਾਸ਼ ਹੀ ਕਹਿ ਸਕਦੇ ਹਾਂ ਵੀ ਜਿਹਨਾਂ ਨੇ ਬਦਮਾਸ਼ੀ ਕੀਤੀ ਆਣ ਕੇ ਤੁਹਾਡੇ ਪਿੰਡ ਬਹੁਤ ਸੋਹਣੀ ਤਕੜੀ ਸੀ ਤਾਂ ਉਹਨਾਂ ਨੇ ਕਿਹਾ ਵੀ ਹੁਣ ਰੌਲਾ ਪੈ ਗਿਆ ਤਾਂ ਇਹ ਚੱਕ ਕੇ ਲੈ ਕੁੜੀ ਇਸ ਕਰਕੇ ਅਤੇ ਫਿਰ ਮੈਂ ਵੀ ਜਦੋਂ ਦੇਖਣ ਗਿਆ ਤਾਂ ਉਹਨੇ ਬੜਾ ਨਾ ਫੜ ਕੇ ਲਿਆਂਦਾ ਇੱਥੇ ਉਹਨੂੰ ਇੱਕ ਨੂੰ ਫੜ ਲਿਆ ਇੱਕ ਦੌੜ ਗਿਆ ਤਾਂ ਫੜ ਕੇ ਲਿਆ ਕੇ ਲੰਮਾ ਲੋਕਾਂ ਨੇ ਫਿਰ ਲੰਮਾ ਪਾ ਲਿਆ ਲੰਮਾ ਪਾ ਕੇ ਕਿਸੇ ਨੇ ਉੱਤੇ ਪਿਸ਼ਾਬ ਕੀਤਾ ਕਿਸੇ ਨੇ ਕੁਛ ਕੀਤਾ ਫਿਰ ਬਹੁਤ ਬੇਇੱਜ਼ਤੀ ਕੀਤੀ ਉਹਦੀ ਫਿਰ ਤਾਂ ਉਹ ਚੋਪੇਰੇ ਬਾਅਦ ਫਿਰ ਪੁਲਿਸ ਸੱਦੀ ਜਾ ਕੇ ਇਹਨੂੰ ਪੁਲਿਸ ਸੱਦ ਕੇ ਲਿਆ ਇਹ ਪੁਲਿਸ ਆਈ ਉਦੋਂ ਕਿਹੜੇ ਸਾਈਕਲ ਸੂਕਲ ਹੁੰਦੇ ਜੀ ਕਿੰਨੀ ਦੇਰ ਬਾਅਦ ਪਤਾ ਨਹੀਂ ਕਿੰਨੀ ਦੇਰ ਕਿੱਥੋਂ ਆਈ ਪੁਲਿਸ ਲੇਕਿਨ ਜਲੰਧਰੋਂ ਆਈ ਸੀ ਜਲੰਧਰੋਂ ਆਈ ਤਾਂ ਫਿਰ ਉਹਨੂੰ ਪਿਸਤੌਲ ਸੀਗਾ ਉਹ ਫਿਰ ਜਿਹੜੀ ਉਹ ਪਿਸਤੌਲ ਉਹ ਥਾਣੇ ਦਾ ਹੀ ਲੈ ਗਿਆ ਜਦੋਂ ਰੌਲਾ ਪਿਆ ਇਹੋ ਜਿਹਾ ਕੁੜੀਆਂ ਚੱਕਣ ਆ ਗਿਆ ਬਦਮਾਸ਼ ਹਾਂਜੀ ਤੇ ਪਹਿਲਾਂ ਤੁਹਾਡੇ ਪਿੰਡ ਦਾ ਉਹ ਮੁਸਲਮਾਨ ਮਾਰ ਦਿੱਤਾ ਬਹੁਤ ਖੁੱਲੀ ਖਾਤਾ ਅਲੀਆ ਮਾਰਿਆ ਹਾਂਜੀ ਤੇ ਇਹੋ ਜਿਹੇ ਜਿਹੜੇ ਬਾਤ ਹੋਣੇ ਉਹ ਬੇਚਾਰਿਆਂ ਨੂੰ ਡਰ ਪੈਣਾ ਉਹਨੇ ਮੂਹ ਤੋਂ ਜਾਣਾ ਸੀ ਹਾਂਜੀ ਜੀ ਸਾਹਿਬ ਉਹ ਗੋਰਖਾ ਮਿਲਟਰੀ ਆ ਕੇ ਲੈ ਗਈ ਨਾ ਉਹਨਾਂ ਨੂੰ ਅੱਛਾ ਗੋਰਖਾ ਮਿਲਟਰੀ ਆਈ ਉਹ ਲੈ ਟਰੱਕ ਲੈ ਇੱਥੇ ਲੈ ਕੇ ਆ ਕੇ ਟਰੱਕ ਤੇ ਲੱਦ ਕੇ ਫਿਰ ਉਹ ਪਤਾ ਨਹੀਂ ਇੱਧਰ ਕਿੱਧਰ ਨੂੰ ਲੈ ਗਿਆ ਬਿਨਾਂ ਪਿੰਡਾਂ 'ਚ ਮਤਲਬ ਕਿ ਵੀ ਇੱਕੋ ਪਿੰਡ ਲੋਹੀ ਸੀ ਤਾਂ ਸਾਰਾ ਮੁਸਲਮਾਨਾਂ ਸੀ ਸਾਰਾ ਪਿਓਰ ਮੁਸਲਮਾਨ ਸੀ ਹੋਰ ਕੋਈ ਨਹੀਂ ਸੀ ਜੇ ਮੁਖਿਆਂ ਵਿੱਚ ਵੀ ਮੁਖਿਆਂ ਨਹੀਂ ਮੁਖਿਆਂ ਸਾਡੇ ਪੰਡਿਤ ਵੀ ਸੀਗੇ ਥੋੜ੍ਹੇ ਸੀ ਥੋੜ੍ਹੇ ਪੰਡਿਤ ਸੀ ਦੋ ਤਿੰਨ ਘਰ ਸੀਗੇ ਪੰਡਿਤਾਂ ਦੇ ਜੀ ਅੱਛਾ ਤਿੰਨ ਚਾਰ ਮੁਸਲਮਾਨ ਕਿੰਨੇ ਸੀ ਇੱਥੇ ਮੁਸਲਮਾਨ ਵੀ ਕੋਈ ਤਿੰਨ ਚਾਰ ਘਰ ਹੀ ਸੀਗੇ ਅੱਛਾ ਵੱਡੇ ਜਿਹੜੇ ਸੀ ਅੱਜ ਕੋਈ ਹੈ ਨਹੀਂ ਸਾਹਿਬ ਅੱਜ ਕੋਈ ਕੋਈ ਮਰਾਸੀ ਜਦੋਂ ਰੱਬ ਮਰਾਸੀ ਹੈਗੇ ਆ ਜੀ ਨਹੀਂ ਸਾਡੇ ਪਿੰਡ 'ਚ ਕੋਈ ਨਹੀਂ ਰਿਹਾ ਮਰਾਸੀ ਤਕੜਾ ਬੰਦਾ ਸੀ ਹਾਂਜੀ ਔਰ ਗਰੀਬ ਦੀ ਮਦਦ ਕਰਦਾ ਸੀ ਅਲੀਆ ਅੱਛਾ ਅਲੀਆ ਜਿਹੜਾ ਸੀ ਔਰ ਉਹ ਭੁੱਲੀ ਹੁੰਦੀ ਸੀ ਇੱਕ ਜਨਾਨੀ ਉਹ ਬਹੁਤ ਖੂਬਸੂਰਤ ਸੀ ਅਲੀਆ ਜਿਹੜੇ ਉਹ ਪਤਾ ਨਹੀਂ ਕਿੱਦਾਂ ਕੋਈ ਉਹਨੂੰ ਕਿਤੇ ਲੈ ਗਿਆ ਫੜ ਗਿਆ ਸਾਡੇ ਇੱਥੇ ਨਕਲਾਂ ਹੁੰਦੀਆਂ ਸੀ ਪਿੰਡ ਕੋਖਿਆਂ 'ਚ ਅੱਛਾ ਮੋੜ ਦੀ ਛਾਵੇਂ ਨਕਲਾਂ ਹੁੰਦੀਆਂ ਸੀ ਜੀ ਤਾਂ ਫਿਰ ਇੱਥੋਂ ਉਹ ਊਠ 'ਤੇ ਬਹਾਲ ਕੇ ਤਾਂ ਫਿਰ ਅਲੀਆ ਲਿਆ ਮੁੜ ਕੇ ਉਹਨੂੰ ਮੋੜ ਕੇ ਲਿਆ ਸੀ ਉੱਧਰੋਂ ਚਲੇ ਗਈ ਸੀ ਕੋਈ ਲੈ ਗਿਆ ਸੀ ਤੂੰ ਮੋੜ ਕੇ ਲਿਆ ਸੀ ਫਿਰ ਇੱਥੇ ਉਦੋਂ ਸਾਡੀ ਨਕਲਾਂ ਹੁੰਦੀਆਂ ਸੀ ਇੱਥੇ ਬੋਰਡ ਥੱਲੇ ਸਾਡੇ ਅੰਕਲ ਜੀ ਲੋਹੀ ਬਾਰੇ ਪਹਿਲਾ ਇਨਸਾਨ ਹੈ ਜਿਹਨੂੰ ਸਾਨੂੰ ਜਾਣਕਾਰੀ ਮਿਲੀ ਆ ਜੀ ਸਾਹਿਬ ਅਸੀਂ ਇਹੋ ਜਿਹਾ ਕੁਛ ਤੱਕ ਕਰਦੇ ਰਵਾਂਗੇ ਜੀ ਸਾਹਿਬ ਬੀਜ ਨਾਲ ਮਿਲਦੇ ਰਵਾਂਗੇ ਹਾਂਜੀ ਹਾਂਜੀ ਫਿਰ ਨਵੀਂ ਸਟੋਰੀ ਲੈ ਕੇ ਇੱਕ ਵਾਰ ਫਿਰ ਮਿਲਾਂਗੇ ਅੰਕਲ ਜੀ ਦਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਟਾਈਮ ਦੇ ਮਿਹਰਬਾਨੀ ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਗੱਲਾਂ ਬਾਖੇ ਬੜਾ ਤੁਹਾਡਾ ਬਹੁਤ ਧੰਨਵਾਦ ਹੈ ਜੀ ਤੁਸੀਂ ਬਹੁਤ ਮੇਰਾ ਮਨ ਖੁਸ਼ ਕੀਤਾ ਮੈਨੂੰ ਪੁਰਾਣੀਆਂ ਯਾਦਾਂ ਜਿਹੜੀਆਂ ਮੈਨੂੰ ਯਾਦ ਆ ਗਈਆਂ